ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਪਿੰਡ ਦਾਦ ਵਿਖੇ ਜਿਹੜਾ ਇਤਿਹਾਸਿਕ ਮੇਲਾ ਭਾਈਵਾਲਾ ਸਾਹਿਬ ਜੀ ਦਾ ਲੰਬੇ ਸਮੇਂ ਤੋਂ ਲੱਗਦਾ, ਉਸ ਦੇ ਵਿੱਚ ਸਮੁੱਚੇ ਪੰਜਾਬ ਦੀਆਂ ਸੰਗਤਾਂ ਹਾਜ਼ਰੀਆਂ ਭਰਦੀਆਂ ਨੇ। ਇੱਥੇ ਇਸ ਬਾਰੇ ਇਹ ਲੋਕਾਂ ਦੇ ਵਿੱਚ ਮਨ ਦੇ ਵਿੱਚ ਇਹ ਵਿਚਾਰ ਹੈ, ਇੱਕ ਵਿਸ਼ਵਾਸ ਹੈ ਕਿ ਇੱਥੇ ਅਗਰ ਕਿਸੇ ਬੇਲਾਦ ਦੇ ਬੱਚਾ ਨਾ ਹੁੰਦਾ ਹੋਵੇ, ਸਰੀਰ 'ਤੇ ਫੋੜਾ ਫਿੰਸੀ ਜਾਂ ਕੋਈ ਮੌਕਾ ਹੋਵੇ, ਇੱਥੇ ਨਮਕ 'ਤੇ ਝਾੜੂ ਚੜ੍ਹਾ ਕੇ ਜਿਹੜੀ ਇਹ ਜਿਹੜੀ ਹੈ ਸਰੀਰ ਦੇ ਵਿੱਚੋਂ ਬਿਮਾਰੀ ਦੂਰ ਹੋ ਜਾਂਦੀ ਹੈ। ਅੱਜ ਦੇ ਦਿਨ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸ਼ਰਧਾਲੂ ਇੱਥੇ ਭਾਈਵਾਲਾ ਸਾਹਿਬ ਦੇ ਸਥਾਨ 'ਤੇ ਉਹਨਾਂ ਦੀ ਸਮਾਧ 'ਤੇ ਤੜਾਗੀ ਬੰਨ੍ਹ ਕੇ ਆਪਣੀ ਲੱਡੂਆਂ ਦਾ ਜਾਂ ਮਿਠਾਈ ਦਾ ਪ੍ਰਸ਼ਾਦ ਲੈ ਕੇ ਆਪਣੇ ਸ਼ਰਧਾ ਦੇ ਸੁਮਨ ਭੇਟ ਕਰਦੇ ਨੇ। ਨੌਜਵਾਨ ਇੱਥੇ ਵੱਡੀ ਗਿਣਤੀ ਦੇ ਵਿੱਚ ਅੱਜ ਪਤੰਗਬਾਜ਼ੀ ਕਰਦੇ ਨੇ। ਤੁਸੀਂ ਇੱਥੇ ਦੇਖ ਸਕਦੇ ਹੋ ਵੀ ਸਟਾਲ ਲੱਗੇ ਹੋਏ ਨੇ ਪਤੰਗਾਂ ਦੇ। ਇੱਥੋਂ ਦੂਰ ਦੁਰਾਡੇ ਦੇ ਪਿੰਡਾਂ ਦੇ ਲੋਕ ਅੱਜ ਪਤੰਗ ਜਿਹੜੇ ਨੇ ਡੋਰਾਂ 'ਤੇ ਪਤੰਗ ਖਰੀਦ ਕੇ ਵੀ ਲੈ ਕੇ ਜਾਂਦੇ ਨੇ। ਇਸ ਪਾਵਨ ਅਵਸਰ ਦੀ ਹਲਕਾ ਆਤਮਨਗਰ ਦਾ ਇੰਚਾਰਜ ਹੋਣ ਅਤੇ ਪ੍ਰਦੇਸ਼ ਦਾ ਸਕੱਤਰ ਹੋਣ ਅਤੇ ਇਲਾਕਾ ਨਿਵਾਸੀਆਂ ਨੂੰ ਸਾਰੀ ਸੰਗਤ ਨੂੰ ਬਹੁਤ ਬਹੁਤ ਵਧਾਈ ਦਿੰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੁਧਿਆਣਾ ਸੇ ਕੈਮਰਾਮੈਨ ਵਿਪਨ ਕੇ ਸਾਥ ਸਿਟੀ ਹੋਮ ਨਿਊਜ਼।